ਨਿਊਜ਼ੀਲੈਂਡ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਦੀ ਗੱਲ ਕਰ ਲਈਏ ਆਸਟ੍ਰੇਲੀਆ ਯੂਕੇ ਦੀ ਗੱਲ ਕਰ ਲਈਏ ਇਸ ਨੂੰ ਲੈ ਕੇ ਬਹੁਤ ਸਾਰੇ ਅਪਡੇਟਸ ਨੇ ਸਟੂਡੈਂਟਸ ਦੇ ਮਨ ਵਿੱਚ ਸਵਾਲ ਵੀ ਨੇ ਤਾਂ ਉੱਥੇ ਨਿਊਜ਼ੀਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਚੰਗੀਆਂ ਆਪਸ਼ਨਸ ਅਸੀਂ ਆਪਣੀ ਵੀਡੀਓਜ਼ ਦੇ ਜ਼ਰੀਏ ਤੁਹਾਨੂੰ ਦੱਸਦੇ ਹੀ ਰਹਨੇ ਆ ਆਖਿਰ ਕਿਉਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਕਿਹੜੇ ਪ੍ਰੋਫਾਈਲਸ ਦੇ ਲਈ ਬਹੁਤ ਚੰਗੀ ਆਪਸ਼ਨ ਹੈ ਇਸ ਦੇ ਬਾਰੇ ਅੱਜ ਅਸੀਂ ਗੱਲ ਜ਼ਰੂਰ ਕਰਾਂਗੇ ਇਨਟੇਕ ਨੂੰ ਲੈ ਕੇ ਗੱਲ ਜ਼ਰੂਰ ਕਰਾਂਗੇ ਔਰ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰ ਜਨਕ ਚੰਗੀ ਆਪਸ਼ਨ ਅੱਜ ਦੇ ਸਮੇਂ ਵਿੱਚ ਵੀ ਮੰਨ ਸਕਦੇ ਆ ਰਿਜ਼ਲਟਸ ਕਿਸ ਤਰ੍ਹਾਂ ਦੇ ਦੇਖੇ ਜਾ ਰਹੇ ਨੇ process ਕਿਵੇਂ ਦਾ ਚੱਲ ਰਿਹਾ ਇਹ ਸਾਰੇ ਤੁਹਾਡੇ ਜਿਹੜੇ ਸਵਾਲ ਨੇ ਉਸ ਦੇ ਜਵਾਬ ਜੋ ਹੈ ਇਸ ਵੀਡੀਓ ਜ਼ਰੀਏ ਤੁਹਾਨੂੰ ਜ਼ਰੂਰ ਮਿਲਣਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡਾ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰ ਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਹਮੇਸ਼ਾ ਹੀ ਨੈਵੀਗੇਟਰਸ ওভারਸੀਜ਼ ਵਲੋਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਬੜਾ ਪੋਜ਼ਿਟਿਵ ਦੇਖਿਆ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਸਟੂਡੈਂਟਸ ਨੂੰ ਗਾਈਡ ਕਰਦੇ ਹੋ ਕਿ ਚੰਗੀ ਆਪਸ਼ਨ ਹੈ ਹਾਲਾਂਕਿ ਅਸੀਂ ਕਈ ਕੰਸਲਟੈਂਟਸ ਦੇਖਦੇ ਹਾਂ ਜੋ ਨਿਊਜ਼ੀਲੈਂਡ ਸਟੱਡੀ ਵੀਜ਼ਾ ਬਾਰੇ ਇਨੀ ਇਨਫੋਰਮੇਸ਼ਨ ਨਹੀਂ ਦੇ ਰਹੇ ਹੁੰਦੇ ਤੁਹਾਡੇ ਤੋਂ ਹੀ ਜਾਣਨਾ ਚਾਹਾਂਗੇ ਕਿ ਅਗਰ ਅਸੀਂ ਨੈਵੀਗੇਟਰ ওভারਸੀਜ਼ ਨੂੰ ਦੇਖਦੇ ਹਾਂ 28 ਸਾਲਾਂ ਤੋਂ ਇਸ ਫੀਲਡ ਵਿੱਚ ਤੁਸੀਂ ਕੰਮ ਕਰ ਰਹੇ ਹੋ ਤਾਂ ਕਿਵੇਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਨੂੰ ਇੱਕ ਚੰਗੀ ਆਪਸ਼ਨ ਮੰਨੀ ਜਾ ਸਕਦਾ ਹੈ ਔਰ ਕਿਹੜੀ ਪ੍ਰੋਫਾਈਲਸ ਲਈ ਇੱਕ ਬੈਸਟ ਆਪਸ਼ਨ ਨਿਊਜ਼ੀਲੈਂਡ ਸਟੱਡੀ ਵੀਜ਼ਾ ਸੀ ਮੰਨ ਸਕਦੇ ਹਰਜੋਤ ਨਿਊਜ਼ੀਲੈਂਡ ਬੜੀ ਸਾਫ਼ ਸੁਥਰੀ ਕੰਟਰੀ ਹੈ ਔਰ ਬਹੁਤ ਸੋਹਣੀ ਕੰਟਰੀ ਹੈ ਨੇਚਰਲ ਬਿਊਟੀ ਇਫ ਯੂ ਵਿਲ ਸੀ ਤੁਸੀਂ ਨਹੀਂ ਹੋਰ ਜਗ੍ਹਾ ਦੇਖ ਸਕਦੇ ਪੀਸਫੁੱਲ ਕੰਟਰੀ ਹੈ ਬਹੁਤ ਸੋਹਣੀ ਕੰਟਰੀ ਹੈ ਲਿਮਿਟਿਡ ਵੀਜ਼ਾ ਦਿੰਦੇ ਆ ਬਹੁਤ ਲੰਬਾ ਚੌੜਾ ਵੀਜ਼ਾ ਨਹੀਂ ਦਿੰਦੇ ਔਰ ਸਾਫ ਸੁਥਰੀ ਕੰਟਰੀ ਇੰਨੇ ਜਿਆਦਾ ਕਿ ਤੁਸੀਂ ਵੀਜ਼ਾ ਪਾਲਿਸੀ ਦੇਖੋ ਕਿ ਫੀਸ ਵੀਜ਼ੇ ਦੇ ਬਾਅਦ ਜਾਣੀ ਪਹਿਲੇ ਨਹੀਂ ਜਾਣੀ ਪਹਿਲੇ ਖਾਲੀ ਇੱਕ पीसीसी ਜੀ ਔਰ ਇੱਕ ਮੈਡੀਕਲ ਮਤਲਬ ਤੁਹਾਡਾ ਔਰ ਐਮਬੈਸੀ ਫੀਸ 15 2000 ਦਾ ਪਹਿਲੇ ਬੱਚੇ ਦਾ ਖਰਚਾ ਦੈਟਸ ਆਲ ਜੀ ਕੋਈ ਖਰਚਾ ਨਹੀਂ ਹੈ ਨਿਊਜ਼ੀਲੈਂਡ ਇੱਕ ਚੀਜ਼ ਨੂੰ ਲੈ ਕੇ ਬਹੁਤ ਪਾਰਟਿਕੂਲਰ ਹੈ ਕਿ ਫਾਈਨੈਂਸ਼ਲੀ ਤੁਸੀਂ ਸਟੇਬਲ ਹੋ 6 ਮੰਥ ਦੀ ਸਟੇਟਮੈਂਟ ਦੇ ਦੇਖੀ ਜਾਂਦੀ ਹੈ ਹੁਣ 3 ਮੰਥs ਦੀ ਵੀ ਪਿੱਛੇ ਇਹਨਾਂ ਨੇ ਕਿਹਾ ਸੀਗਾ ਲੇਕਿਨ ਬੱਚੇ ਥੋੜੇ ਰਿਸਕ ਨਹੀਂ ਲੈਣਾ ਚਾਹੁੰਦੇ ਐਜੂਕੇਸ਼ਨ ਲੋਨ ਹੋਏ ਸਿਕਿਉਰਡ ਹੋਏ ਪ੍ਰੋਪਰਟੀ ਅਗੇਂਸਟ ਐਜੂਕੇਸ਼ਨ ਲੋਨ ਹੋਏ ਉਹ ਚੱਲੇਗਾ ਬੈਂਕ ਸਾਡੇ ਪੰਜ ਨਾਲ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਪਲੱਸ 2 ਦੇ ਬਾਅਦ ਲੈਵਲ 5 ਚ ਤੁਹਾਨੂੰ ਫੰਡਸ ਬਹੁਤ ਘੱਟ ਸ਼ੋਅ ਕਰਨੇ ਪੈਣਗੇ 25 ਤੋਂ 30 ਲੱਖ ਰੁਪਏ 17000 ਡਾਲਰ ਫੀਸ ਹੋਏਗੀ 20000 ਡਾਲਰ ਤੁਸੀਂ ਜਿਹੜਾ ਲਿਵਿੰਗ ਐਕਸਪੈਂਸਸ ਦਿਖਾਣਾ 37000 ਡਾਲਰ 38000 ਡਾਲਰ ਚ ਤੁਹਾਡਾ ਸਾਰਾ ਜਿਹੜਾ ਮੁੱਖ ਹੁੰਦਾ ਜੀ ਤੇ ਇਹ ਤੁਹਾਡਾ ਬਹੁਤ ਘੱਟ ਜਿਹੜੇ ਸੇ ਸ਼ੋ ਮਨੀ ਹੋ ਗਈ ਜੀ ਦੇ ਵਿੱਚ ਤੁਸੀਂ 73800 ਡਾਲਰ ਨੂੰ ਲਾ ਲੋ ਕਿੰਨਾ ਹੋ ਗਿਆ 40000 ਡਾਲਰ ਵੀ ਆਪਾਂ ਮੰਨ ਲੈਂਦੇ ਆ ਤੇ 20 ਲੱਖ 22 ਲੱਖ ਰੁਪਏ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਕੁਐਸਚਨ ਇਹ ਆ ਜਾਂਦਾ ਕਿ ਮੈਂ ਡਿਪਲੋਮੇ ਚ ਜਾਵਾਂ ਜਾਂ ਡਿਗਰੀ ਚ ਜੀ ਡਿਪਲੋਮੇ ਦੇ ਬਾਅਦ ਕਿਉਂਕਿ ਨਿਊਜ਼ੀਲੈਂਡ ਵੀਜ਼ਾ ਤੁਹਾਨੂੰ ਫਸਟ ইয়ার ਦਾ ਹੀ ਦਿੰਦਾ this second year ਤੁਸੀਂ ਅਪਗ੍ਰੇਡ ਕਰ ਸਕਦੇ ਹੋ ਤੁਸੀਂ ਜਿਹੜੇ ਫਾਈਨੈਂਸ਼ੀਅਲ ਘਟ ਸ਼ੋ ਕੀਤੇ ਕਿਉਂਕਿ ਤੁਹਾਡੇ ਕੋਲ ਘਟ ਹੈ ਜ ਜੇ ਤੁਸੀਂ 3 ਸਾਲ ਦੀ ਡਿਗਰੀ ਲੈਂਦੇ ਹੋ 4 ਸਾਲ ਦੀ ਲੈਂਦੇ ਹੋ ਤਾਂ ਤੁਹਾਨੂੰ ਜਿਹੜੇ ਫਾਈਨੈਂਸ਼ੀਅਲਸ ਹੈ ਉਹ 60 ਲੱਖ ਤੋਂ 80 ਲੱਖ ਦਿਖਾਣੇ ਪੈਂਦੇ ਆ ਜਿਹੜੀ ਕਿ ਇੱਕ ਆਮ ਫੈਮਿਲੀ ਕੋਲ ਨਹੀਂ ਹੁੰਦੇ ਜੀ ਉਹਦੇ ਵਿੱਚ ਨੇਵੀਗੇਟਰ ਨੇ ਬੜੀ ਰਿਸਰਚ ਕੀਤੀ ਰਿਸਰਚ ਕਰਕੇ ਅਸੀਂ ਕਿਹਾ ਵੀਜ਼ਾ ਇਹਨਾਂ ਨੇ ਫਸਟイヤー ਦਾ ਹੀ ਦੇਣਾ ਤੇ ਬੈਟਰ ਆ ਤੁਸੀਂ 1イヤー ਦਾ ਵੀਜ਼ਾ ਲਓ ਉੱਥੇ ਜਾ ਕੇ ਅਪਡੇਟ ਅਪਗ੍ਰੇਡ ਕਰਾ ਲਓ 3rdイヤー ਕਰਾ ਲਓ that is your wish ਬਟ ਇਹ ਸਭ ਤੋਂ ਈਜ਼ੀ ਸੋਲੂਸ਼ਨ ਹੈ ਫੀਸ ਤੁਹਾਨੂੰ 17000 ਡਾਲਰ ਚ ਅਸੀਂ ਦੇ ਦਾਂਗੇ ਕਾਲਜ ਜਾਂ 18000 ਡਾਲਰ ਚ ਦੇ ਦਾਂਗੇ ਜਾਂ ਤੁਸੀਂ ਗਵਰਨਮੈਂਟ ਕਾਲਜੇਸ ਦੇ ਵਿੱਚ ਜਾਣਾ ਹੈ ਜਾਂ ਪ੍ਰਾਈਵੇਟ ਜਾਣਾ ਡਸਨਟ ਮੈਟਰ ਕਿਉਂਕਿ ਫੀਸ ਵੀਜ਼ੇ ਦੇ ਬਾਅਦ ਜਾਣੀ ਹੈ ਚੁਆਇਸ ਤੁਹਾਡੀ ਆ ਜੀ ਕੋਰਸੇਸ ਤੁਸੀਂ ਅੱਛੇ ਲਓ ਜਿਹੜੇ ਗ੍ਰੀਨ ਲਿਸਟ ਚ ਹੈ ਜਾਂ ਗ੍ਰੀਨ ਲਿਸਟ ਨਹੀਂ ਹੈ ਤੇ ਜਿਨ੍ਹਾਂ ਦੇ ਵਿੱਚ ਜੌਬ ਹੈ ਬਿਲਕੁਲ ਕਿਉਂਕਿ ਜੇ ਕੋਰਸ ਕਰਦੇ ਹੀ ਤੁਹਾਨੂੰ ਜੌਬ ਮਿਲ ਗਈ ਤਾਂ ਤੁਹਾਡੇ ਪੁਆਇੰਟ ਪੂਰੇ ਹੋ ਗਏ ਤੁਸੀਂ ਪੀਆਰ ਪਾ ਸਕਦੇ ਹੋ ਨਿਊਜ਼ੀਲੈਂਡ ਚ ਤੁਸੀਂ ਵੀਜ਼ਾ ਆਫੀਸਰ ਨੂੰ ਕਲੀਅਰ ਕਹਿ ਸਕਦੇ ਹੋ ਕਿ ਕੋਰਸ ਕੰਪਲੀਟ ਕਰਨ ਦੇ ਬਾਅਦ ਮੈਂ ਪੀਆਰ ਲੈਣੀ ਆ ਉਹਨਾਂ ਦੇ ਵਾਸਤੇ ਕੋਈ 네ਗੇਟਿਵ ਪੁਆਇੰਟ ਨਹੀਂ ਆ ਤੁਹਾਨੂੰ ਮੈਸ਼ਰੂਚੀ ਦੱਸਿਆ ਪ੍ਰੋਗਰਾਮ ਦੇ ਕਿ ਬੜੀ ਸਾਫ਼ ਸੁਥਰੀ ਕੰਟਰੀ ਹੈ ਤੇ ਦੇਖੋ ਇਸ ਤੋਂ ਜ਼ਿਆਦਾ ਸਾਫ਼ ਸੁਥਰੀ ਕੰਟਰੀ ਕਿ ਕਿ ਹਰ ਚੀਜ਼ ਓਨੈਸਟੀ ਨਾਲ ਕਰ ਰਿਹਾ ਫੀਸ ਵੀਜ਼ਾ ਤੋਂ ਬਾਅਦ ਲੈ ਰਿਹਾ ਤੁਸੀਂ ਜੇ ਰਹਿ ਰਹੇ ਹੋ ਤੇ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਉਹ ਖੁਸ਼ ਹੈ ਥੈਟ ਯੂ ਆਰ ਲਿਵਿੰਗ ਥੇਰ ਠੀਕ ਹੈ ਗੁੱਡ ਫੀਸ ਵੀਜ਼ੇ ਦੇ ਬਾਅਦ ਹੈ ਲਿਵਿੰਗ ਐਕਸਪੈਂਸਸ ਦਿਖਾਣੇ ਆ ਕਾਊਂਟ ਸਟੇਟਮੈਂਟ ਦਿਖਾਨੀ ਆ ਯਾ ਲੋਨ 100% ਲੈ ਸਕਦੇ ਹੋ ਲੋਨ ਤੁਹਾਡੀ ਪ੍ਰਾਪਰਟੀ ਦੇ ਅਗੇਂਸਟ ਹੋਣਾ ਚਾਹੀਦਾ ਹੈ ਸਾਡੇ ਪੰਜ ਬੈਂਕ ਚ ਵੀ ਅਪਲਾਈ ਕਰ ਸਕਦੇ ਹੋ ਉਹ ਵੀ ਕੋਈ ਪ੍ਰੋਬਲਮ ਨਹੀਂ ਆ ਤੇ ਮੇਰੇ ਖਿਆਲ ਸਾਰੇ ਹੀ ਮੈਕਸਿਮਮ ਤੁਹਾਡੇ ਪੋਜ਼ਿਟਿਵ ਪੁਆਇੰਟ ਹੈ ਇੱਥੋਂ ਕੀ ਹੈ ਕਿ ਜੇ ਬੱਚਾ ਆਪਣੀ ਪੀਆਰ ਲੈ ਲੰਦਾ ਜੋਬ ਆਸਟ੍ਰੇਲੀਆ ਚ ਵੀ ਕਰ ਸਕਦਾ ਜੇ ਤੁਸੀਂ ਸਾਲ ਦੋ ਸਾਲ ਸਟਰਗਲ ਕਰ ਰਹੇ ਹੋ ਆਸਟ੍ਰੇਲੀਆ ਨਹੀਂ ਪਹੁੰਚ ਸਕੇ ਔਰ ਫਿਰ ਆਸਟ੍ਰੇਲੀਆ ਜਾਣਾ ਬਟਾ ਤੁਸੀਂ ਨਿਊਜ਼ੀਲੈਂਡ ਘਟ ਦੇ ਵਿੱਚ ਪੜਾਈ ਕਰ ਲੋ ਸਕੋ ਤੁਹਾਡੇ ਪੈਸੇ ਵੀ ਘਟ ਖਰਚ ਹੋ ਰਿਹਾ ਰਿਸਕ ਵੀ ਕੋਈ ਨਹੀਂ ਇੱਥੇ ਸੈਟਲ ਹੋ ਕੇ ਆਪਣਾ ਪੀਆਰ ਲੋ 2 ਸਾਲ ਚ 3 ਸਾਲ ਚ ਜੋ ਵੀ ਤੁਹਾਡਾ ਟਾਈਮ ਲੱਗਦਾ ਔਰ ਤੁਸੀਂ ਉਹਦੇ ਬਾਅਦ ਆਸਟ੍ਰੇਲੀਆ ਜੌਬ ਕਰ ਸਕਦੇ ਹੋ ਇਮੀਡੀਏਟਲੀ ਕਿਉਂਕਿ ਉਹਨਾਂ ਦੇ ਬਹੁਤ ਅੱਛੇ ਆਪਸ ਚ ਇੱਕ ਰਿਲੇਸ਼ਨ ਹੈ ਜਿਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਰੁਕਾਵਟ ਵੀ ਨਹੀਂ ਹੈ ਜੀ 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 ਬਿਲਕੁਲ ਦੇਖੋ ਮੈਮ ਨੇ ਬਹੁਤ ਚੰਗੇ ਢੰਗ ਨਾਲ ਕਲੀਅਰ ਸ਼ਬਦਾਂ ਦੇ ਵਿੱਚ ਤੁਹਾਨੂੰ ਸਭ ਚੀਜ਼ਾਂ ਐਕਸਪਲੇਨ ਕਰ ਦਿੱਤੀਆਂ ਉਹਨਾਂ ਸਟੂਡੈਂਟਸ ਲਈ ਵੀ ਇੱਕ ਚੰਗੀ ਆਪਸ਼ਨ ਹੈ ਨਿਊਜ਼ੀਲੈਂਡ ਸਟੱਡੀ ਵੀਜ਼ਾ ਜੋ ਆਸਟ੍ਰੇਲੀਆ ਜਾਣਾ ਚਾਹੁੰਦੇ ਸੀ ਪਰ ਨਹੀਂ ਜਾ ਪਾਏ ਸੋ ਜਿਵੇਂ ਮੈਮ ਨੇ ਕਿਹਾ ਖਰਚਾ ਵੀ ਘੱਟ ਹੈ ਔਰ ਦੇਖੋ ਫੀਸ ਜੋ ਹੈ ਵੀਜ਼ਾ ਤੋਂ ਬਾਅਦ ਤੁਹਾਨੂੰ ਦੇਣੀ ਪੈਂਦੀ ਹੈ ਇਹ ਤਾਂ ਸਭ ਤੋਂ ਪੋਜ਼ਿਟਿਵ ਇੱਕ ਪੁਆਇੰਟ ਹੁੰਦਾ ਹੈ ਜਿੱਥੇ ਪੇਰੈਂਟਸ ਵੀ ਖੁਦ ਨੂੰ ਸਿਕਿਓਰ ਥੋੜਾ ਫੀਲ ਕਰਦੇ ਨੇ ਔਰ ਦੇਖੋ ਗ੍ਰੀਨ ਲਿਸਟ ਵਾਲੇ ਕੋਰਸਿਸ ਵਿੱਚ ਜਾਓਗੇ ਤਾਂ ਅੱਗੇ ਚੱਲ ਕੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਐ ਸੋ ਇਹ ਕੁਝ ਚੀਜ਼ਾਂ ਹੁੰਦੀਆਂ ਜੋ ਤੁਹਾਨੂੰ ਖੁਦ ਵੀ ਪ ਤਾਂ ਤੁਸੀਂ ਸਵਾਲ ਜ਼ਰੂਰ ਕਰ ਸਕਦੇ ਹੋ ਬਾਕੀ ਨੈਵੀਗੇਟਰਸ ওভারਸੀਜ਼ ਕੋਲ ਢੇਰ ਸਾਰੇ ਆਪਸ਼ਨਸ ਨੇ ਹਰੇਕ ਪ੍ਰੋਫਾਈਲ ਦੇ ਅਕੋਰਡਿੰਗਲੀ ਤਾਂ ਤੁਸੀਂ ਅਗਰ ਨਿਊਜ਼ੀਲੈਂਡ ਸਟੱਡੀ ਵੀਜ਼ਾ ਬਾਰੇ ਸੋਚ ਰਹੇ ਹੋ ਔਰ ਜ਼ਰੂਰ ਚਾਹੁੰਦੇ ਹੋ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਕੋਰਸ ਮੈਚ ਕਰਦਾ ਹੋਇਆ ਤੁਹਾਨੂੰ ਮਿਲ ਜਾਏ ਤਾਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਤੁਸੀਂ ਕਾਲ ਕਰ ਹੀ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਨਿਊਜ਼ੀਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਤੁਸੀਂ ਬਹੁਤ ਸਾਰੇ ਪੋਜ਼ਿਟਿਵ ਪੁਆਇੰਟਸ ਦੱਸੇ ਨੇ ਪੂਰੀ ਇਨਫੋਰਮੇਸ਼ਨ ਦਿੱ ਹੋਏ ਸਹੀ ਡਿਸੀਜਨ ਲੈ ਸਕਣ ਅਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ